जिस दिन तों करफ्यू लग गया उस दिन तों विवादां 'च रहिण वाली बठिंडा दी सब्जी मंडी विच अज उस समय हंगामा हो गया जदों जिला मंडी अफसर वल्लों दो आढ़तियां नूं परमिशन दे के बठिंडा दी मच्छी मार्केट विच सब्जी वेचण लई कह दिता। दस दईए कि बठिंडा दे डिप्टी कमिश्नर वल्लों ये आदेश होए सी कि बाहरले जिले चों जां बाहरले स्टेट चों कोई भी सब्जी नहीं आऊगी, पर ये जो आढ़ती आ ये हरियाणे तो जलालाबाद तो और बाहरले स्टेटा तो ही सब्जी मंगा रहा है। जिस तरह कि भिंडी अपने बठिंडे च नहीं है, अजे तक कद्दू नहीं है, जां जिस तरह तोरी नहीं है, इन्हें सारी सब्जी बाहर तो ही मंगाई हुई है। और इसने कहा कि सानू DMO मंडी बोर्ड ने परमिशन दिती है और ये उत्थे अपनी मनमानी दे नाल रेट लगा रहा है। उधर आढ़तियां विच उस समय रोस पैदा हो गया। उन्होंने कहा कि 100 आढ़तियां दे करीब असी बठिंडा दी सब्जी मंडी अते फ्रूट मंडी विच आ, फिर दो आढ़तियां नूं ही क्यों परमिशन दिती गई, बाकियां नूं क्यों नहीं, ये सानू इस विच कोई गोलमाल लग रहा है। उन्होंने कहा कि बठिंडा दी मेन सब्जी मंडी विच जदों किसी आढ़ती आ कोई बाहरों समान मंगाउंदा है तां उस ते परचे तक करन दी कोशिश कीती जांदी है, पर इस आढ़ती ने बाहरले स्टेटां तों ही समान मंगा के वेच रहा है कि इस नाल करोना नहीं फैल रहा। जे बठिंडा दी सब्जी मंडी विच बाहरों सब्जी आउण नाल करोना आउंदा है तां की बाहरले स्टेटां तों करोना नहीं आ रहा, जां फिर बठिंडा दे ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਜ਼ਿਲ੍ਹਾ ਮੰਡੀ ਬੋਰਡ ਟਿੱਚ ਸਮਝ ਰਿਹਾ ਹੋਵੇ। ਜਦੋਂ ਜ਼ਿਲ੍ਹਾ ਮੰਡੀ ਬੋਰਡ ਦੇ ਦਫ਼ਤਰ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਮੀਟਿੰਗ ਹੋਣ ਦਾ ਬਹਾਨਾ ਬਣਾ ਕੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀ, ਅਤੇ ਫਰੂਟ ਮੰਡੀ ਵਾਲਿਆਂ ਨੇ ਆੜ੍ਹਤੀਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇ ਕੋਈ ਆੜ੍ਹਤੀ ਆ ਸਾਡੇ ਤੋਂ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਦਾ ਕੰਮ ਕਰੇਗਾ ਤਾਂ ਅਸੀਂ ਉਸਦਾ ਸਮਾਜਿਕ ਅਤੇ ਹਰ ਤਰ੍ਹਾਂ ਦਾ ਬਾਈਕਾਟ ਕਰਾਂਗੇ। ਬਾਈ ਟਮਾਟਰ ਕੀ ਰੇਟ ਲਿਆ? ਟਮਾਟਰ ਜੀ ਕੀ ਰੇਟ ਲਿਆ? ਟਮਾਟਰ ਟਮਾਟਰ ਜੀ 400-500 ਰੁਪਏ ਲੱਗਦਾ ਜੀ। ਨਹੀਂ ਕੀ ਰੇਟ ਕੀ ਪਿਆ ਜੀ? ਰੇਟ ਜੀ 24-25 ਰੁਪਏ ਪੈਜੂਗਾ ਜੀ ਆਪ ਤੋਂ। ਮੇਰਾ ਨਾਮ ਸ਼ਿਵ ਕੁਮਾਰ ਹੈ ਜੀ, ਮੈਂ ਸਬਜ਼ੀ ਮੰਡੀ ਦੇ ਵਿੱਚ ਆੜ੍ਹਤੀ। ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਦੋ ਘਰਾਂ ਦੇ ਵਿੱਚ ਲੜੀਆਂ ਲਾ ਕੇ ਅਤੇ 98 ਦੇ ਘਰਾਂ ਦੇ ਵਿੱਚ ਲੋਕ 3 ਵੇਲੇ ਜੱਗਣ, ਇਹ ਗੱਲ ਗਲਤ ਹੈ ਜੀ। ਦੋ ਜਣੇ ਪਰਮਿਸ਼ਨ ਦਿੱਤੀ ਹੈ ਕਿ ਉੱਥੇ ਬਲੈਕ ਨਹੀਂ ਹੋਈ, ਸਭ ਕੁਛ ਹੋਇਆ। ਕਹਿੰਦੇ ਸੀ ਟਮਾਟਰ ਦੀ ਛੂਟ ਦਿੱਤੀ, ਓਨਲੀ ਫਰਕ ਹੈ ਕਹਿ ਰਹੇ ਸੀ ਕਈ ਜਣੇ, ਬਟ ਉਹਦੇ ਆਲ ਰਾਊਂਡ ਸਾਰੀ ਸਬਜ਼ੀ ਆਈ ਹੈ ਜੀ। ਕੋਈ ਚੀਜ਼ ਵੀ ਇਹੋ ਜਿਹੀ ਨਹੀਂ ਸੀ ਕਿ ਜਿਹੜੀ ਸਬਜ਼ੀ ਨਾ ਆਈ ਹੋ। ਕਿੱਥੋਂ ਆਈ ਹੈ ਸਬਜ਼ੀ? ਸਬਜ਼ੀ ਸਭ ਜਿਵੇਂ ਮੰਨ ਲਓ ਜੈਪੁਰ ਤੋਂ ਆਈ ਹੈ, ਦਿੱਲੀ ਤੋਂ ਆਈ ਹੈ, ਗੁਜਰਾਤ ਤੋਂ ਆਈ ਹੈ, ਇਹ ਜਦਕਿ ਗੱਡੀਆਂ ਪਹਿਲਾਂ ਹੀ ਤਿਆਰ ਸੀਗੀਆਂ, ਕਿਉਂਕਿ 24 ਘੰਟੇ ਦੇ ਵਿੱਚ ਕੋਈ ਮੰਡੀ ਨਹੀਂ ਹੋ ਸਕਦੀ। ਮੇਰਾ ਨਾਮ ਗੋਪਾਲ ਜੰਦ। ਹਾਂ ਕੀ ਕਹਿਣਾ ਚਾਹੁੰਦੇ? ਅਸੀਂ ਸਰ ਕਹਿਣਾ ਚਾਹੁੰਦੇ ਹਾਂ, ਅਸੀਂ ਪ੍ਰਸ਼ਾਸਨ ਦੇ ਨਾਲ ਹਾਂ, ਸ਼ਹਿਰ ਦੇ ਨਾਲ ਹਾਂ। ਜਿਸ ਢੰਗ ਨਾਲ ਇਹ ਸਬਜ਼ੀ ਅੱਜ ਵਿਕਾਈ ਗਈ ਆ, ਇਹ ਸ਼ਹਿਰ 'ਚ ਬਲੈਕਮੇਲ ਨਹੀਂ ਹੋਊਗੀ। ਅਗਰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਆ ਤਾਂ ਸ਼ਹਿਰ 'ਚ ਸਸਤੇ ਭਾਅ 'ਤੇ ਸਬਜ਼ੀ ਜਾਊਗੀ, ਸਾਨੂੰ ਕਮਾਈ ਦੀ ਕੋਈ ਲੋੜ ਨਹੀਂ, ਅਸੀਂ ਮਤਲਬ ਸ਼ਹਿਰ ਦੇ ਪ੍ਰਸ਼ਾਸਨ ਦੇ ਨਾਲ। ਤਿੰਨ ਬੰਦਿਆਂ ਨੂੰ ਪਰਮਿਸ਼ਨ ਮਿਲੀ ਕਿਉਂ ਮਿਲੀ, ਉਹਨਾਂ ਨੂੰ ਕੀ ਕਾਰਨ ਕੀ ਹੈ? ਉਹਦੇ ਬਾਰੇ ਮੈਨੂੰ ਪਤਾ ਨਹੀਂ, ਬਾਕੀ ਜਿਹੜਾ ਮਤਲਬ ਇੱਥੇ ਡਿਸੀਜਨ ਲਿਆ ਸਾਡੇ ਪ੍ਰਧਾਨਾਂ ਨੇ, ਉਹਦੇ ਨਾਲ ਸਾਡੀ ਮੰਡੀ ਦਾ 70% ਰਸ ਹੈ ਜਿਹੜਾ ਉਹ ਘੱਟ ਜੂਗਾ, 100% ਤੋਂ 30% ਰਹਿ ਜੂਗਾ। ਜਿਹੜੇ ਡਿਸੀਜਨ ਅੱਜ ਲਿੱਤੇ ਗਏ 30% ਰਹਿ ਜੂਗਾ, 70% ਘੱਟ ਜੂਗਾ ਜੀ। ਚੰਨੀ ਪੰਜਾਬ ਫੂਡ ਕੰਪਨੀ ਦਾ ਮਾਲਕ ਹਾਂ ਮੈਂ, ਅਤੇ ਕਾਫੀ ਦਿਨਾਂ ਦਾ ਦੇਖ ਰਹੇ ਸੀਗੇ ਜਿਹੜਾ ਕਿ ਆਹ ਜਿਹੜਾ ਲੁੱਟ ਖਸੋ ਵਾਲਾ ਕੰਮ ਆਪਣੇ ਨਾਲ ਦੇ ਦਾਇਰੇ 'ਚ 25-30 ਕਿਲੋਮੀਟਰ ਦੂਰੀ 'ਤੇ ਜਾਈਏ, ਸਬਜ਼ੀਆਂ ਜਿਹੜੀਆਂ ਹੈਗੀਆਂ ਉੱਥੇ 5 ਤੋਂ ਲੈ ਕੇ 7 ਰੁਪਏ ਕਿਲੋ ਤੋਂ ਵੱਧ ਕੋਈ ਸਬਜ਼ੀ ਨਹੀਂ। ਬਠਿੰਡਾ 'ਚ 40-50 ਰੁਪਏ ਲੁੱਟ ਹੋ ਰਹੀ ਸੀਗੀ। ਔਰ ਕੀ ਲੱਗਦਾ ਹੈ ਕੀ ਹੋਇਆ ਜਿਹੜਾ 2-3 ਬੰਦਿਆਂ ਨੂੰ ਇਹਨਾਂ ਨੇ ਜਿਹੜਾ ਦੇ ਕੇ ਮੌਕਾ, ਜਿਹੜੀ ਵੱਖਰੀ ਮੰਡੀ ਖੁਲਾਈ ਗਈ ਹੈ? ਸਾਨੂੰ ਇਸ ਸਾਰੇ ਆੜ੍ਹਤੀਆਂ ਨੂੰ ਰੋਸ ਹੈ, ਅਸੀਂ ਪਬਲਿਕ ਦੇ ਨਾਲ, ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਜਿਹੜਾ ਵੀ ਸਾਡਾ ਹੋਇਆ ਵੀ ਅਸੀਂ ਆਪਣੀ ਮੰਡੀ ਵੀ ਖੁਲਾ ਕੇ ਜਿਹੜਾ ਕਿ ਹੋ ਸਕੇ, ਜਿਹੜਾ 10 ਰੁਪਏ ਵਾਲੀ ਚੀਜ਼ ਦਾ ਵਿਕਰੀ ਹੈ ਉਹ 2 ਰੁਪਏ ਜਿਹੜਾ ਰੇਟ ਹੈ 2 ਹੀ ਮਿਲੇ ਤੁਹਾਨੂੰ, ਕਿ 40-50 ਰੁਪਏ ਵਾਲੀ ਚੀਜ਼ ਜਿਹੜੀ 10 ਰੁਪਏ ਕਿਲੋ ਉਹ 10 ਹੀ ਮਿਲੇ। ਪਬਲਿਕ ਦਾ ਅਸੀਂ ਨਾਲ ਹਾਂ, ਬਸ ਇਹੀ ਪਬਲਿਕ ਨੂੰ ਕਹਿਣਾ ਚਾਹੁੰਦਾ। ਮੇਰਾ ਅਨਿਲ ਕੁਮਾਰ ਜੀ, ਇਹ ਸਬਜ਼ੀ ਕਿੱਥੋਂ ਆਈ ਹੈ ਜੀ, ਕਿੱਥੇ ਵਿਕਰੇ ਜੀ? ਇਹ ਬਾਹਰੋਂ ਆਈ ਹੈ ਜੀ, ਆਪਣਾ ਜਿਹੜਾ ਕੋਈ ਹਰਿਆਣੇ ਤੋਂ ਆਈ ਹੈ ਜੀ, ਅਤੇ ਟਮਾਟਰ ਆਇਆ ਜੀ ਆਪਣਾ ਗੁਜਰਾਤ ਤੋਂ ਜੀ। ਇੱਥੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈਗੀ?
ਵਗੈਰਾ ਤੌਰ 'ਤੇ ਪ੍ਰਸ਼ਾਸਨ ਨੇ ਦਿੱਤੀ ਹੈ। ਇਹ ਗੱਡੀਆਂ ਅੰਦਰ ਜਾ ਸਕਦੀ ਹੈ ਸਬਜ਼ੀ ਜਾਂ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਵੀ ਸਬਜ਼ੀ ਵੀ ਵਗੈਰਾ ਤੌਰ 'ਤੇ ਆਪਣਾ ਸੈਨੀਟਾਈਜ਼ਰ ਹੋ ਕੇ ਗੱਡੀਆਂ ਅੰਦਰ ਨੂੰ ਅਤੇ ਡਾਕਟਰ ਕੋਲੋਂ ਚੈੱਕਅਪ ਕਰਾ ਕੇ ਫਿਰ ਗੱਡੀਆਂ ਅੰਦਰ ਐਂਟਰ ਹੋਈ। ਨਹੀਂ ਤੁਹਾਨੂੰ ਇਹ ਗੱਲ ਕਹੀ ਗਈ ਵੀ ਬਾਹਰੋਂ ਤੁਸੀਂ ਮਾਲ ਮੰਗਾ ਸਕਦੇ ਹੋ? ਹਾਂਜੀ। ਕਿਹਨੇ ਕਿਹਾ ਇਹ? DMO ਸਾਹਿਬ ਨੇ ਕਿਹਾ ਹੈਗਾ। ਹਾਂ ਵੀ ਮਤਲਬ ਜੋ ਵੀ ਬਾਹਰ ਦੇ ਆਈਟਮ ਹੈ, ਜੋ ਵੀ ਸ਼ਹਿਰ 'ਚ ਇਹ ਬਲੈਕ ਹੋ ਰਹੀ ਸੀ ਟਮਾਟਰ ਦੀ, ਅਤੇ ਮਤਲਬ ਕਿ ਆਪਣਾ ਰੇਟ ਮਤਲਬ ਕਿ ਉਹ ਕਰਨ ਵਾਸਤੇ ਮਤਲਬ ਇੱਥੇ ਮਾਲ ਮੰਗਾਇਆ। ਬਸ ਕੀ ਰੇਟ ਵਿੱਚ ਟਮਾਟਰ ਇਹ? ਹਾਂਜੀ ਬਾਈ, ਤੁਸੀਂ ਕੀ ਰੇਟ ਵਿੱਚ ਟਮਾਟਰ? ਟਮਾਟਰ ਇੱਥੇ ਜੀ, ਹਾਂ ਟਮਾਟਰ ਇੱਥੇ 18 ਰੁਪਏ। ਭਿੰਡੀ? ਭਿੰਡੀ 50 ਰੁਪਏ। ਅੱਜ ਮੀਟਿੰਗ ਸਾਡੀ ਬੁਲਾਈ ਗਈ ਹੈ, ਉਹ ਕੱਲ੍ਹ ਦੇ ਮੁੱਦੇ 'ਤੇ ਬੁਲਾਈ ਸੀ। ਕਾਫੀ ਦਿਨਾਂ ਤੋਂ ਪ੍ਰਸ਼ਾਸਨ ਜਿਵੇਂ ਕਹਿ ਰਹੇ ਸੀ ਉਸੇ ਤਰੀਕੇ ਨਾਲ ਅਸੀਂ ਚਾਹੁੰਦੇ ਸੀ, ਨਾ ਅਸੀਂ ਜ਼ਿਲ੍ਹਾ ਮੰਡੀ ਅਫਸਰ ਤੋਂ ਬਾਹਰ ਸੀ, ਨਾ ਸਖੇਤਰ ਮਾਰਕੀਟ ਕਮੇਟੀ ਤੋਂ ਬਾਹਰ ਸੀ, ਤਾਂ ਬਾਹਰ ਹੁਣ ਵੀ ਨਹੀਂ। ਪਰ ਕੱਲ੍ਹ ਦਾ ਜ਼ਰੂਰ ਸਾਨੂੰ ਰੋਸ਼ ਹੈ, ਦੋ ਬੰਦਿਆਂ ਨੂੰ ਜਾਂ ਤਿੰਨ ਬੰਦਿਆਂ ਨੂੰ ਪਰਮਿਸ਼ਨ ਦਿੱਤੀ ਗਈ, ਕਿਉਂ ਦਿੱਤੀ ਗਈ? ਕੱਟ ਘਟਾਉਣਾ ਹੈ, ਪਰ ਕੱਟ ਘਟਾਉਣ ਦਾ ਪਹਿਲਾਂ ਵੀ ਸੋਨੂੰ ਜੀ ਨੇ ਸਾਰੀ ਗੱਲ ਦੱਸੀ ਹੈ ਕਿ ਸਬਜ਼ੀ ਮੰਡੀ ਇੱਕ ਦਿਨ ਖੁੱਲ੍ਹ ਰਹੀ ਹੈ, ਆਲੂ ਪਿਆਜ਼ ਦੀ ਮੰਡੀ ਇੱਕ ਦਿਨ ਖੁੱਲ੍ਹ ਰਹੀ ਹੈ, ਫਰੂਟ ਵਾਲੇ ਮੰਡੀ ਲੇਟ ਕਰ ਰਹੇ ਹੈ। ਤਾਂ ਜਿਹੜੀ ਸਬਜ਼ੀ ਦੀ ਰੋਕ ਲਾਈ ਗਈ ਸਬਜ਼ੀ ਮੰਡੀ ਦੇ ਵਿੱਚ, ਮੈਂ ਇੱਕੋ ਹੀ ਗੱਲ ਕਹਾਂਗਾ ਸਾਰੇ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗਾ ਕਿ ਅਗਰ 5 ਕਿਲੋਮੀਟਰ ਦੂਰ ਸਬਜ਼ੀ ਜੋ ਅੱਜ ਟਮਾਟਰ, ਅਦਰਕ, ਮਿਰਚ ਜਾਂ ਜੋ ਵੀ ਮਤਲਬ ਭਿੰਡੀ ਵਗੈਰਾ ਸਬਜ਼ੀਆਂ ਆਈਆਂ ਉਹ ਪਹਿਲਾਂ ਕੀਤੀ ਜਾਂਦੀ ਗੁਜਰਾਤ ਮਹਾਰਾਸ਼ਟਰ ਤੋਂ ਆ ਰਹੀਆਂ ਨੇ, ਇਹਨੇ ਕਰੋਨਾ ਇਸ ਕਰਕੇ ਸਬਜ਼ੀ ਮੰਡੀ 'ਚ ਨਹੀਂ ਆਉਣਗੀਆਂ। ਪਰ ਅੱਜ ਉਹ ਸਾਰੀਆਂ ਸਬਜ਼ੀਆਂ ਆਈਆਂ ਕਿ 2-4 ਕਿਲੋਮੀਟਰ ਦੇ ਵਿੱਚ ਕਰੋਨਾ ਖਤਮ ਨਹੀਂ ਹੁੰਦਾ। ਜਦੋਂ ਕਿ ਅਸੀਂ CMO ਸਾਹਿਬ ਨਾਲ ਵੀ, CMO ਸਾਹਿਬ ਜਿਹੜੇ ਤੋਂ ਸਿਵਲ ਸਰਜਨ ਨੇ, ਉਹਨਾਂ ਤੋਂ ਪਤਾ ਕੀਤਾ, ਉਹ ਕਹਿੰਦੇ ਵੀ ਕਰੋਨਾ ਜਿਸ ਚੀਜ਼ 'ਤੇ ਹੱਥ ਲੱਗਦਾ ਕਰੋਨਾ, ਉਹ 9-10 ਘੰਟਿਆਂ ਤੋਂ ਵੱਧ ਉਸ ਚੀਜ਼ 'ਤੇ ਅਸਰ ਨਹੀਂ ਰਹਿੰਦਾ। ਕੋਈ ਵੀ ਜਿਨਸ ਹੈ ਅਗਰ ਉਹਦੇ ਟੱਚ ਹੁੰਦੀ ਹੈ ਤਾਂ 9-10 ਘੰਟਿਆਂ ਦਾ ਅਸਰ ਰਹਿੰਦਾ, ਜਦੋਂ ਕਿ 3-4 ਦਿਨ ਲੱਗ ਜਾਂਦੇ ਮਾਲ ਪਹੁੰਚਣ 'ਤੇ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਜ਼ਿਲ੍ਹਾ ਮੰਡੀ ਅਫਸਰ ਨੂੰ ਬੇਨਤੀ ਕਰਦਾ, ਸਕੱਤਰ ਮਾਰਕੀਟ ਕਮੇਟੀ ਨੂੰ ਬੇਨਤੀ ਕਰਦਾ ਕਿ ਮੰਡੀ 'ਤੇ ਜਿਹੜੀ ਬਾਹਰਲੀ ਚੀਜ਼ ਆ ਰਹੀ ਹੈ, ਜਿਸ ਤਰੀਕੇ ਨਾਲ ਤੁਸੀਂ ਉੱਥੇ ਪਰਮਿਸ਼ਨ ਦਿੱਤੀ ਹੈ, ਅਸੀਂ ਸਾਰੇ ਮੰਡੀਆਂ ਲਈ ਇੱਕੋ ਹੀ ਫੈਸਲਾ ਕੀਤਾ, ਅਸੀਂ ਇਸ ਮੰਡੀ 'ਚ ਹੀ ਰਵਾਂਗੇ, ਅਸੀਂ ਮੰਡੀ ਤੋਂ ਬਾਹਰ ਨਹੀਂ ਜਾਵਾਂਗੇ। ਭਾਵੇਂ ਉਹ ਸਬਜ਼ੀ ਵਾਲੇ ਹੈ, ਭਾਵੇਂ ਫਰੂਟ ਵਾਲੇ ਹੈ, ਉਹ ਬਾਹਰੋਂ ਮਾਲ ਮੰਗਾ ਕੇ ਉਹਨਾਂ ਨੂੰ ਵੇਚਣ ਦੇਣ, ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦੀ ਵੀ ਤਕਲੀਫ ਨਾ ਦਿੱਤੀ ਜਾਵੇ। ਜੇ ਕੋਈ ਇਹੋ ਜਿਹੇ ਕਦਮ ਚੱਕਣਗੇ ਵੀ ਜੇ ਉੱਥੇ ਵਿਕ ਰਿਹਾ ਮਾਲ 5 ਕਿਲੋਮੀਟਰ ਦੂਰ, ਤਾਂ ਸਬਜ਼ੀ ਮੰਡੀ ਵਿੱਚ ਰੋਕਣ ਦੀ ਕੋਸ਼ਿਸ਼ ਨਾ ਕਰਨ। ਜੇ ਕਰਨਗੇ ਤਾਂ ਉਹਦਾ ਫਿਰ ਅੱਗੇ ਜੋ ਵੀ ਵਿਚਾਰ ਸਾਡੀ ਐਸੋਸੀਏਸ਼ਨ ਰੱਖੂਗੀ ਉਹ ਕਰਾਂਗੇ। ਅਤੇ ਜਿਹੜੇ ਇਹ ਫੈਸਲਾ ਲਿੱਤਾ ਕਿ ਉਹਨਾਂ ਦਾ ਸੋਸ਼ਲ ਬਾਈਕਾਟ ਕੀਤਾ ਜਾਵੇ, ਉਹ ਆੜ੍ਹਤੀ ਐਸੋਸੀਏਸ਼ਨ ਦੇ ਇੱਕ ਗੱਦਾਰ ਗਿਣੇ ਗਏ ਆ। ਆੜ੍ਹਤੀ ਐਸੋਸੀਏਸ਼ਨ ਉਹਨਾਂ ਨੇ ਗੱਦਾਰੀ ਕੀਤੀ ਹੈ। ਅਗਰ ਉਹਨਾਂ ਨੇ ਵੇਚਣਾ ਸੀ ਤਾਂ 10-15 ਆੜ੍ਹਤੀ ਹੋਰ ਸੀ ਸਬਜ਼ੀ ਵਾਲੇ, ਉਹ ਨਾਲ ਚਲੇ ਜਾਂਦੇ। ਉਹਨਾਂ ਨੇ ਗੱਦਾਰੀ ਕੀਤੀ, ਉਹਨਾਂ ਫਿਰ ਮਾੜੀ ਗੱਲ ਹੈ। ਪਰ ਪ੍ਰਸ਼ਾਸਨ ਅੱਗੇ ਦੁਬਾਰਾ ਇੱਕੋ ਹੀ ਬੇਨਤੀ ਕਰਦਾ ਕਿ ਬਾਹਰੋਂ ਕੋਈ ਵੀ ਮਾਲ ਆ ਰਿਹਾ ਉਸ 'ਤੇ ਰੁਕਾਵਟ ਨਾ ਲਾਈ ਜਾਵੇ। ਜੇ ਲਾਣੀ ਹੈ ਤਾਂ ਫਿਰ ਬਾਹਰ ਵੀ ਨਹੀਂ ਵਿਕਣਾ ਚਾਹੀਦਾ ਤਾਂ ਇੱਥੇ ਵੀ। 3 ਬੰਦਿਆਂ ਨੂੰ ਪਰਮਿਸ਼ਨ ਕਿਵੇਂ ਮਿਲ ਗਈ, ਬਾਕੀਆਂ ਨੂੰ ਕਿਉਂ ਨਹੀਂ? ਜਿਹੜੀ 3 ਬੰਦਿਆਂ ਨੂੰ ਪਰਮਿਸ਼ਨ ਮਿਲੀ ਤਾਂ ਰੱਬ ਹੀ ਜਾਣਦਾ ਵੀ ਕਿਉਂ ਮਿਲੀ, ਜਦੋਂ ਕਿ ਸਾਨੂੰ ਤਾਂ ਕਾਰ ਕੀ ਲੱਗਦਾ ਹੁੰਦੇ ਮਰ ਗਏ, ਸਾਡੇ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਕਿ ਕੱਲ੍ਹ 1 ਵਜੇ ਤੋਂ ਬਾਅਦ ਕੀ ਕਾਲਾ ਮਾਲਾ ਹੋਇਆ ਕੀ ਨਹੀਂ ਹੋਇਆ ਸਾਨੂੰ ਨਹੀਂ ਪਤਾ। ਪਰ ਉਹ 3 ਬੰਦਿਆਂ ਨੂੰ ਪਰਮਿਸ਼ਨ, ਇੱਕਮ ਫਰੂਟ ਕੰਪਨੀ, ਇੱਕ ਠਾਕਰ ਐਂਡ ਸੰਸ ਅਤੇ ਇੱਕ ਆਪਣੇ ਵਿੱਕੀ ਫਰੂਟ ਕੰਪਨੀ, ਕਿਉਂਕਿ ਇਹ ਬੰਦੇ ਮੰਡੀ ਦੇ ਵੀ ਬੰਦੇ ਨੇ, ਮੰਡੀ ਦੇ ਬੰਦੇ ਨੇ। ਕਾਲਾ ਮਾਲਾ ਕੀ ਲੱਗਦਾ ਤੁਹਾਨੂੰ, ਕਿਸ ਤਰ੍ਹਾਂ ਕਾਲਾ? ਸਿਆਸੀ ਦਬਾਅ ਤਾਂ ਨਹੀਂ ਗਾ ਜੀ? ਹਾਂਜੀ, ਸਿਆਸੀ ਦਬਾਅ ਥੱਲੇ ਤਾਂ ਨਹੀਂ ਮਿਲਿਆ ਤੁਹਾਨੂੰ? ਕੋਈ ਸਿਆਸੀ ਦਬਾਅ ਨਹੀਂ ਜੀ। ਕਿਸ ਤਰ੍ਹਾਂ ਦਾ ਕਾਲਾ ਮਾਲਾ ਹੈ ਇਹ? ਬਸ ਕੀ ਕਹਿ ਸਕਦੇ ਹਾਂ, ਤੁਹਾਨੂੰ ਜ਼ਿਆਦਾ ਪਤਾ ਜੀ ਸਾਡੇ ਨਾਲੋਂ, ਤੁਸੀਂ ਰੋਜ਼ ਲੋਕਾਂ ਨਾਲ ਮਿਲੇ ਵੀ ਤਾਂ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਜਦੋਂ ਸਪਸ਼ਟੀਕਰਨ ਨਹੀਂ, ਮੈਂ ਕੀ ਕਹਿ ਸਕਦਾ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੋਨੂ ਅਰੋੜਾ ਜੀ। ਹਾਂਜੀ, ਮੀਟਿੰਗ ਹੋਈ ਹੈ, ਕਿਸ ਸੰਬੰਧ 'ਚ ਹੋਈ? ਮੀਟਿੰਗ ਹੋਈ ਹੈ ਇਸ ਸੰਬੰਧ 'ਚ ਹੋਇਆ ਜੀ, ਪ੍ਰਸ਼ਾਸਨ ਨੂੰ ਪ੍ਰੋਬਲਮ ਆ ਰਹੀ ਹੈ ਕਿ ਮੰਡੀ 'ਚ ਰਸ਼ ਪੈਂਦਾ, ਅਤੇ ਉਸ ਰਸ਼ ਨੂੰ ਘਟਾਉਣ ਵਾਸਤੇ ਉਹਨਾਂ ਨੇ ਕੁਛ ਆੜ੍ਹਤੀਆਂ ਨੂੰ ਇਜਾਜ਼ਤ ਦੇ ਦਿੱਤੀ ਕਿ ਬਠਿੰਡੇ ਤੋਂ 5-7 ਕਿਲੋਮੀਟਰ ਬਾਹਰ ਜਾ ਕੇ ਬਠਿੰਡੇ ਨੂੰ ਸਪਲਾਈ ਦਿੱਤੀ ਜਾਵੇ, ਜਿਸ ਦੇ ਨਾਲ ਸਾਰੇ ਆੜ੍ਹਤੀਆਂ ਦੇ ਵਿੱਚ ਰੋਸ਼ ਹੈ ਕਿ ਸਾਰੇ ਆੜ੍ਹਤੀ ਵਿਹਲੇ ਬੈਠਣਗੇ ਅਤੇ 2 ਆੜ੍ਹਤੀ ਕੰਮ ਕਰਨਗੇ, ਇਹ ਚੀਜ਼ ਬਰਦਾਸ਼ਤ ਨਹੀਂ ਹੋਏਗੀ। ਆੜ੍ਹਤੀ ਸਾਰੇ ਕੰਮ ਕਰਨਗੇ, ਇਸੇ ਜਗ੍ਹਾ 'ਤੇ ਕੰਮ ਕਰਨਗੇ। ਰਸ਼ ਨੂੰ ਘਟਾਉਣ ਦੇ ਹੋਰ ਬਹੁਤ ਤਰੀਕੇ ਹੈ, ਜਿਸ ਤਰ੍ਹਾਂ ਕਿ ਅਸੀਂ ਆਲੂ ਪਿਆਜ਼ 1 ਦਿਨ ਕਰਾਂਗੇ, ਸਬਜ਼ੀਆਂ 1 ਦਿਨ ਕਰਾਂਗੇ, ਫਰੂਟ ਮੰਡੀ ਦਾ ਟਾਈਮ ਅਸੀਂ ਲੇਟ ਕਰਵਾ ਦਿਆਂਗੇ। ਫਰੂਟ ਮੰਡੀ ਵੈਸੇ ਵੀ ਹਫ਼ਤੇ 'ਚ 3 ਦਿਨ ਹੀ ਖੁੱਲ੍ਹਦੀ ਹੈ, ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ। ਉਹ 3 ਦਿਨਾਂ ਵਾਸਤੇ ਵੀ ਅਸੀਂ ਆਪਦਾ ਟਾਈਮ ਇਹਨਾਂ ਦੀ ਮੰਡੀ ਖਤਮ ਹੋਣ ਤੋਂ ਬਾਅਦ ਕਰ ਦਿਆ ਕਰਾਂਗੇ, ਰਸ਼ ਡਿਵਾਈਡ ਹੋ ਜਾਵੇ।
ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਕਿ ਕਿਸੇ ਵੀ ਦੋ ਜਾਂ ਚਾਰ ਬੰਦਿਆਂ ਨੂੰ ਉੱਪਰ ਲਿਫਟ ਦੇ ਕੇ ਅਤੇ ਬਾਕੀ ਬੰਦਿਆਂ ਨਾਲ ਧੱਕਾ ਨਾ ਕੀਤਾ ਜਾਵੇ, ਸਭ ਨੂੰ ਇੱਕ ਸਮਾਨ ਸਮਝਿਆ ਜਾਵੇ, ਹਰ ਕੋਈ ਬਰਾਬਰ ਦੀ ਫੀਸ ਭਰਦਾ, ਬਰਾਬਰ ਦਾ ਆੜਤੀ ਹੈ, ਬਰਾਬਰ ਦਾ ਔਲਾ ਰੱਖਦਾ, ਸਭ ਨੂੰ ਇੱਕ ਸਮਾਨ ਸਮਝਿਆ ਜਾਵੇ, ਸਭ ਦੀ ਬਾਜ਼ਾਰ 'ਚ ਉਧਾਰ ਫੈਲੀ ਹੋਈ ਹੈ, ਸਭ ਦੇ ਬਾਰੇ ਸੋਚਿਆ ਜਾਵੇ, ਕਿਸੇ ਇੱਕ ਦੇ ਬਾਰੇ ਸੋਚ ਕੇ ਉਹਨੂੰ ਮੁੱਖ ਨਾ ਰੱਖਿਆ ਜਾਵੇ। ਜਿਹੜੀਆਂ ਬਾਹਰ ਤੋਂ ਸਬਜ਼ੀਆਂ ਆ ਰਹੀਆਂ ਨੇ ਇਹਦੇ ਨਾਲ ਕੀ ਇੰਤਜ਼ਾਮ ਕੀਤਾ? ਇਸ ਤੋਂ ਪਹਿਲਾਂ ਤੱਕ ਬਾਹਰ ਦੀ ਸਬਜ਼ੀਆਂ ਦੇ ਵਿੱਚ ਸਾਨੂੰ ਇਹ ਕਹਿ ਕੇ ਰੋਕਿਆ ਗਿਆ ਸੀਗਾ ਕਿ ਇਹਨਾਂ ਦੇ ਵਿੱਚ ਕਰੋਨਾ ਆਏਗਾ, ਇਹਦੇ ਨਾਲ ਬਿਮਾਰੀ ਫੈਲੇਗੀ, ਇਹਨਾਂ ਨੂੰ ਅਸੀਂ ਅੰਦਰ ਨਹੀਂ ਆਉਣ ਦੇਵਾਂਗੇ। ਬਟ ਹੁਣ ਅੱਜ ਉਹੀ ਸਬਜ਼ੀਆਂ ਬਠਿੰਡੇ ਤੋਂ 5 ਕਿਲੋਮੀਟਰ ਜਾਂ 6 ਕਿਲੋਮੀਟਰ ਬਾਹਰ ਉਤਾਰ ਕੇ ਡੋਰ ਟੂ ਡੋਰ ਬਠਿੰਡੇ 'ਚ ਪਹੁੰਚਾਈਆਂ ਜਾਣਗੀਆਂ। ਸਬਜ਼ੀਆਂ ਤਾਂ ਉਹੀ ਹੈ, ਉੱਥੋਂ ਹੀ ਆਈਆਂ ਜਿੱਥੋਂ ਪਹਿਲੇ ਆਉਣੀਆਂ ਸੀ। ਹੁਣ ਕੀ ਕਰੋਨਾ ਨਹੀਂ ਫੈਲੇਗਾ ਸਰ? ਸਾਰਾ ਕੁਛ ਉਵੇਂ ਚੱਲੇਗਾ, ਕੋਈ ਕਰੋਨਾ ਨਹੀਂ ਆਉਂਦਾ ਵੈਜੀਟੇਬਲਸ ਦੇ ਨਾਲ ਜਾਂ ਕੋਈ ਕਰੋਨਾ ਨਹੀਂ ਆਉਂਦਾ ਫਰੂਟਸ ਦੇ ਨਾਲ। ਇਹ ਠੀਕ ਹੈ, ਆਪਣੇ ਲੋਕਾਂ ਦੇ ਵਿੱਚ ਇੱਕ ਡਰ ਹੈ, ਉਹ ਡਰ ਹੋਣਾ ਵੀ ਚਾਹੀਦਾ, ਅਸੀਂ ਇਹ ਨਹੀਂ ਕਹਿੰਦੇ ਡਰ ਨਾ ਹੋਵੇ। ਬਟ ਕਿਸੇ ਸਾਇੰਟੀਫਿਕਲੀ ਡਾਕਟਰ ਤੋਂ ਪੁੱਛਿਆ ਜਾਵੇ ਕਿ ਸਬਜ਼ੀ ਫਰੂਟ ਦੇ ਉੱਤੇ ਅਗਰ ਜੇ ਕਰੋਨਾ ਹੁੰਦਾ ਤਾਂ ਕਿੰਨੇ ਟਾਈਮ ਦੇ ਵਾਸਤੇ ਉਹ ਰਹਿੰਦਾ? ਕਿਉਂਕਿ ਸਾਡਾ ਕੋਈ ਵੀ ਅਜਿਹਾ ਫਰੂਟ ਨਹੀਂ ਹੈ ਜਿਹੜਾ ਕਿ ਰਾਤ ਨੂੰ ਚੱਲਿਆ ਅਤੇ ਸਵੇਰੇ ਇੱਥੇ ਆ ਜਾਏ। ਸਾਡੇ ਜਿੰਨੇ ਵੀ ਫਰੂਟਸ ਅੰਬ ਹੈ, ਅੰਗੂਰ ਹੈ, ਜੋ ਵੀ ਆਉਂਦੇ ਆ, ਤਕਰੀਬਨ 36 ਘੰਟਿਆਂ ਤੋਂ ਬਾਅਦ ਜਾ ਕੇ ਬਠਿੰਡੇ ਮੰਡੀ ਦੇ ਵਿੱਚ ਪਹੁੰਚਦੇ ਆ, ਅਤੇ ਡਾਕਟਰਸ ਦੇ ਮੁਤਾਬਿਕ 36 ਘੰਟਿਆਂ ਤੋਂ ਬਾਅਦ ਕਿਸੇ ਪ੍ਰੋਡਕਟ ਦੇ ਉੱਤੇ ਇਹ ਵਾਇਰਸ ਨਹੀਂ ਟਿਕਦਾ। ਵਿੱਚ ਇਹੀ ਫੈਸਲਾ ਹੋਇਆ ਜੀ, ਸਾਡਾ ਕੋਈ ਵੀ ਬੰਦਾ ਸ਼ਰਾਰਤ ਨਹੀਂ ਕਰੇਗਾ। ਜੇ ਪ੍ਰਸ਼ਾਸਨ ਸਾਨੂੰ ਆਫਰ ਵੀ ਕਰੇਗਾ ਇਸ ਚੀਜ਼ ਦੇ ਵਾਸਤੇ ਕਿ ਦੋ ਬੰਦੇ ਅੱਗੇ ਆ ਕੇ ਬਾਹਰ ਸਪਲਾਈ ਦਿਓ, ਤਾਂ ਅਸੀਂ ਸਪਲਾਈ ਨਹੀਂ ਦੇਵਾਂਗੇ। ਅਸੀਂ ਜੇ ਵੇਚਾਂਗੇ ਤਾਂ ਆਪਣੀ ਮੰਡੀ 'ਚ ਮਾਲ ਵੇਚਾਂਗੇ, ਵਰਨਾ ਅਸੀਂ ਨਾ ਵੇਚਣਾ ਮਨਜ਼ੂਰ ਕਰਾਂਗੇ। ਜੇ ਕੋਈ ਵੇਚੂਗਾ ਤਾਂ? ਜੇ ਕੋਈ ਵੇਚੂਗਾ ਤਾਂ ਅਸੀਂ ਉਸ ਦੇ ਨਾਲ ਆਪਦੇ ਲੈਵਲ 'ਤੇ ਹੈਂਡਲ ਕਰਾਂਗੇ ਉਸਨੂੰ, ਅਸੀਂ ਉਸ ਨੂੰ ਮੰਡੀ ਤੋਂ ਬਾਈਕਾਟ ਕਰਾਂਗੇ, ਜੋ ਵੀ ਸਿਸਟਮ ਬਣੇਗਾ ਉਸ ਦੇ ਨਾਲ ਕਰਾਂਗੇ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।